ਸੋਸਾਇਟੀ 'ਚ ਰਹਿੰਦੇ ਹਾਂ ਜਿੱਥੇ ਅਸੀਂ ਐਜੂਕੇਟਡ ਹਾਂ, ਜਿੱਥੇ ਵੀ ਅਸੀਂ ਆਊਟ ਆਫ ਕੰਟਰੋਲ ਹੁੰਦੇ ਹਾਂ, ਦੋ ਗੱਲਾਂ ਮੈਂ ਕਹਿਣ ਲੱਗਾ, ਜਿੱਥੇ ਵੀ ਅਸੀਂ ਆਪਣੀ ਲਾਈਫ ਦੇ ਵਿੱਚ ਆਊਟ ਆਫ ਕੰਟਰੋਲ ਹੁੰਦੇ ਹਾਂ, ਉਸ ਵੇਲੇ ਸਾਡੀ ਖੁਸ਼ੀ ਚਲੇ ਜਾਂਦੀ ਹੈ। ਦੂਸਰੀ ਗੱਲ, ਜਦੋਂ ਵੀ ਸਾਡੇ ਵੱਲ ਫਿੰਗਰ ਪੁਆਇੰਟ ਹੁੰਦੀ ਹੈ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਸਾਡੇ ਵੱਲ ਕੋਈ ਫਿੰਗਰ ਪੁਆਇੰਟ ਹੁੰਦੀ ਹੈ, ਇਹਦਾ ਮਤਲਬ ਹੈ, ਸਮਝ ਲੈਣਾ ਚਾਹੀਦਾ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਹੈ, ਜਿਹਦਾ ਕਿ ਪ੍ਰੋਫੈਸ਼ਨਲ ਹੈਲਪ ਜਾਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਲੈਣੀ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਇਸ ਚੀਜ਼ ਦੀ ਹੈਲਪ ਲੈਣ ਵਾਸਤੇ ਜਿਹੜਾ ਅਸੀਂ ਟਾਈਮ ਵੇਸਟ ਕਰਦੇ ਹਾਂ, ਉਹਦੇ ਵਿੱਚ ਸਾਡੀ ਲਾਈਫ ਬੜੀ ਬਰਬਾਦ ਹੁੰਦੀ ਹੈ, ਅਤੇ ਉਸ ਲਾਈਫ ਦੀ ਬਰਬਾਦੀ ਦੇ ਵਿੱਚ ਅਸੀਂ ਬਹੁਤ ਸਾਰੇ ਰਿਸ਼ਤੇ ਅਤੇ ਬਹੁਤ ਸਾਰੇ ਇਹੋ ਜਿਹੇ ਕੰਮ ਜਿਹੜੇ ਹੈ ਉਹ ਆਪਣੇ ਜ਼ਿੰਦਗੀ ਦੇ ਅਹਿਮ ਫੈਸਲੇ ਜਿਹੜੇ ਹੈ ਉਸ ਬਿਮਾਰੀ ਤੋਂ ਪੀੜਤ ਹੋ ਕੇ ਕਰਦੇ ਹਾਂ, ਜਿਹੜੇ ਕਿ ਅਸੀਂ ਬਚਾ ਸਕਦੇ ਹਾਂ। ਮੈਂ ਦੋ ਗੱਲਾਂ ਕਹੀਆਂ, ਇੱਕ ਆਊਟ ਆਫ ਕੰਟਰੋਲ ਹੋਣਾ, ਦੂਸਰਾ ਜਦੋਂ ਤੁਹਾਡੇ 'ਤੇ ਕੋਈ ਫਿੰਗਰ ਪੁਆਇੰਟ ਕਰਦਾ ਹੈ, ਇਸ ਤਰ੍ਹਾਂ ਹੀ ਨਹੀਂ ਕੋਈ ਫਿੰਗਰ ਪੁਆਇੰਟ ਕਰਦਾ, ਇੱਕੋ ਕ੍ਰਾਈਟੀਰੀਆ ਮੈਂ ਕਹੂੰਗਾ, ਇੱਕੋ ਕ੍ਰਾਈਟੀਰੀਆ, ਜਿਸ ਦਿਨ ਤੁਹਾਡੀ ਅਲਕੋਹਲਿਜ਼ਮ ਦੇ ਉੱਪਰ ਕੋਈ ਇੱਕ ਵੀ ਇਨਸਾਨ, ਤੁਹਾਡਾ ਘਰ ਦਾ ਇਨਸਾਨ, ਤੁਹਾਡੀ ਵਾਈਫ, ਤੁਹਾਡਾ ਹਸਬੈਂਡ, ਤੁਹਾਡੇ ਬੱਚੇ, ਤੁਹਾਡੇ ਮਾਂ ਪਿਓ ਕਦੀ ਵੀ ਫਿੰਗਰ ਪੁਆਇੰਟ ਕਰਨ ਜਾਂ ਤੁਹਾਨੂੰ ਕਹਿਣ ਕਿ ਤੁਸੀਂ ਆਪਣੀ ਅਲਕੋਹਲ ਠੀਕ ਕਰੋ ਜਾਂ ਕੰਟਰੋਲ 'ਚ ਪੀਆ ਕਰੋ ਜਾਂ ਤੁਸੀਂ ਆਪਣੇ ਨਸ਼ੇ ਨੂੰ ਠੀਕ ਤਰੀਕੇ ਨਾਲ ਮੈਨੇਜ ਕਰੋ, ਤਾਂ ਜਾਂ ਤੁਹਾਡੀ ਲਾਈਫ ਮੈਨੇਜ ਨਹੀਂ ਠੀਕ ਹੋ ਰਹੀ, ਇਹਦਾ ਮਤਲਬ ਹੈ ਕਿ ਸਾਡੀ ਬਿਮਾਰੀ ਦੀ ਸ਼ੁਰੂਆਤ ਹੋ ਗਈ। ਬਾਕੀ ਸਿਰਫ ਵੇਟਿੰਗ ਟਾਈਮ ਹੈ, ਅਸੀਂ ਕਿੰਨਾ ਟਾਈਮ ਵੇਸਟ ਕਰਦੇ ਹਾਂ, ਕਿਉਂਕਿ ਕੋਈ ਵੀ ਇਨਸਾਨ ਇਹੋ ਜਿਹਾ ਨਹੀਂ ਹੁੰਦਾ ਕਿ ਜਿਹੜਾ ਆਊਟ ਆਫ ਕੰਟਰੋਲ ਜਾਣਾ ਚਾਹੁੰਦਾ, ਜਾਂ ਕੋਈ ਵੀ ਇਨਸਾਨ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜਾ ਸ਼ਰਾਬ ਪੀਣਾ ਚਾਹੁੰਦਾ ਸਿਰਫ ਇਸ ਕਰਕੇ ਕਿ ਉਹ ਕੱਲ੍ਹ ਨੂੰ ਆਊਟ ਆਫ ਕੰਟਰੋਲ ਹੋਏ। ਅਸੀਂ ਸਾਰੇ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਜਦੋਂ ਵਰਤਦੇ ਹਾਂ, ਸਭ ਤੋਂ ਪਹਿਲਾਂ ਸਾਡਾ ਕ੍ਰਿਟੀਰੀਆ ਐਜ਼ ਏ ਇਨਸਾਨ ਹੁੰਦਾ ਕਿ ਅਸੀਂ ਆਊਟ ਆਫ ਕੰਟਰੋਲ ਨਾ ਚਲੀਏ। ਪਰ ਜੇ ਅਸੀਂ ਆਊਟ ਆਫ ਕੰਟਰੋਲ ਜਾਂਦੇ ਹਾਂ, ਇਹਦਾ ਮਤਲਬ ਹੈ ਕਿ ਸਾਡੇ ਦਿਮਾਗ ਦੇ ਕੈਮੀਕਲਸ ਜਾਂ ਸਾਡੇ ਦਿਮਾਗ ਦੇ ਕੈਮੀਕਲਸ ਦਾ ਜਿਹੜਾ ਫਲੋ ਹੈ ਇੱਕ ਪਾਸੇ ਤੋਂ ਲੈ ਕੇ ਦੂਸਰੇ ਪਾਸੇ ਤੱਕ ਜਾਣ ਲੱਗਿਆਂ, ਉਹ ਕੈਮੀਕਲ ਦਾ ਫਲੋ ਖਰਾਬ ਹੋ ਗਿਆ, ਜਿਸ ਕਰਕੇ ਸਾਨੂੰ ਇਹ ਚੀਜ਼ ਜਿਹੜੀ ਹੈ ਪਚਣੀ ਬੰਦ ਹੋ ਗਈ ਹੈ, ਜਿਸ ਕਰਕੇ ਸਾਡੀ ਜਿਹੜੀ ਅਲਕੋਹਲ ਹੈ ਉਹ ਆਇਲਸ ਵਿੱਚ ਨਹੀਂ ਚੇਂਜ ਹੁੰਦੀ, ਉਹ ਫ੍ਰੀ ਰੈਡੀਕਲਸ ਬਣ ਜਾਂਦੇ ਹੈ। ਫ੍ਰੀ ਰੈਡੀਕਲਸ ਦਾ ਮਤਲਬ ਹੁੰਦਾ ਹੈ ਕਿ ਅਵਾਰਾ ਰੈਡੀਕਲਸ ਜਿਹੜੇ ਕਦੇ ਵੀ ਜਿੱਥੇ ਵੀ ਜਾਣਗੇ ਉੱਥੇ ਹੀ ਜਾ ਕੇ ਨੁਕਸਾਨ ਕਰਨਗੇ। ਜੇ ਉਹ ਰੈਡੀਕਲਸ ਦਿਮਾਗ 'ਤੇ ਚਲੇ ਜਾਂਦੇ ਹੈ, ਦਿਮਾਗੀ ਨੁਕਸਾਨ ਹੁੰਦਾ। ਜੇ ਉਹ ਰੈਡੀਕਲਸ ਕਿਤੇ ਹੋਰ ਜਗ੍ਹਾ ਚਲ ਜਾਂਦੇ ਹੈ, ਉਹ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਬਿਮਾਰੀ, ਹਾਰਟ ਦੀ ਬਿਮਾਰੀ, ਜਿੰਨੀਆਂ ਵੀ ਸਾਡੀਆਂ ਬਿਮਾਰੀਆਂ, ਉਹਨਾਂ ਸਾਰਿਆਂ ਦੀ ਜੜ ਜਿਹੜੀ ਹੈ ਇੱਕੋ ਜਗ੍ਹਾ 'ਤੇ ਹੈ, ਜਿਹੜੀ ਕਿ ਫ੍ਰੀ ਰੈਡੀਕਲਸ ਦੇ ਨਾਲ ਕੰਸਰਨ ਕਰਦੀ ਹੈ। ਉਹਨੂੰ ਆਕਸੀਡੇਟਡ ਸਟ੍ਰੈਸ ਕਹਿੰਦੇ ਹੈ। ਅੱਜ ਕੱਲ੍ਹ ਸਟ੍ਰੈਸ ਦਾ ਉਨਾ ਸਿਗਨੀਫਿਕੈਂਸ ਨਹੀਂ ਰਿਹਾ ਜਿੰਨੇ ਆਕਸੀਡੇਟਡ ਸਟ੍ਰੈਸ ਦਾ ਮਤਲਬ ਰਿਹਾ। ਜਿਹੜੇ ਵੀ ਫ੍ਰੀ ਰੈਡੀਕਲ ਜੇ ਲਿਵਰ ਦੇ ਵਿੱਚ ਚਲ ਗਏ, ਲਿਵਰ ਡਿਸਟਰੋਏ ਹੋ ਜਾਏਗਾ। ਜੇ ਸਟਮਕ 'ਚ ਚਲੇ ਗਏ, ਸਟਮਕ ਡਿਸਟਰੋਏ ਹੋ ਜਾਏਗਾ। ਜੇ ਸਾਡੇ ਬ੍ਰੇਨ ਨੂੰ ਚਲੇ ਗਏ, ਸਾਡਾ ਬ੍ਰੇਨ ਡਿਸਟਰੋਏ ਹੋ ਜਾਏਗਾ। ਤਾਂ ਜਿੱਥੇ ਵੀ ਇਹ ਫ੍ਰੀ ਰੈਡੀਕਲ ਜਾ ਕੇ ਅਟੈਕ ਕਰਨਗੇ, ਉਸ ਜਗ੍ਹਾ 'ਤੇ ਜਾ ਕੇ ਸਾਡੀ ਇਹ ਬਿਮਾਰੀ ਜਿਹੜੀ ਹੈ ਸ਼ੁਰੂਆਤ ਹੋ ਜਾਏਗੀ। ਪਰ ਇਹ ਬਿਮਾਰੀ ਸ਼ੁਰੂਆਤ ਹੋਣ 'ਤੇ ਇਹਨੂੰ ਆਈਡੈਂਟੀਫਾਈ ਕਰਨ 'ਤੇ ਸਾਨੂੰ ਬਹੁਤ ਟਾਈਮ ਵੇਸਟ ਹੋ ਜਾਂਦਾ। ਜਿਹੜਾ ਕਿ ਮੈਂ ਅਗੇਨ ਕਹਿੰਦਾ ਕਿ ਟਾਈਮ ਜਿਹੜਾ ਵੇਸਟਡ ਹੈ ਨਾ, ਉਹ ਦੁਬਾਰਾ ਫਿਰ ਵਾਪਸ ਨਹੀਂ ਆਉਂਦਾ। ਪਰ ਇਹ ਡੈਮੇਜ ਵੀ ਕਰ ਸਕਦੀ ਹੈ, ਉਹ ਡਿਮੈਂਸ਼ੀਆ ਵੀ ਕਰ ਸਕਦੀ ਹੈ, ਉਹ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਕਰ ਸਕਦੀ ਹੈ। ਪਰ ਉਹ ਫ੍ਰੀ ਰੈਡੀਕਲ ਜਿੱਥੇ ਵੀ ਬਣਗੇ, ਹੁਣ ਜੇ ਫ੍ਰੀ ਰੈਡੀਕਲਸ ਅਲਕੋਹਲ ਨਾਲ ਬਣਦੇ ਆ ਤਾਂ ਅਲਕੋਹਲ ਨੁਕਸਾਨ ਦੇ ਹੈ। ਜੇ ਫ੍ਰੀ ਰੈਡੀਕਲਸ ਸਟ੍ਰੈਸ ਕਰਕੇ ਬਣਦੇ ਆ ਤਾਂ ਫਿਰ ਸਟ੍ਰੈਸ ਡੈਮੇਜ ਕਰਦਾ। ਜੇ ਫ੍ਰੀ ਰੈਡੀਕਲਸ ਕਿਸੇ ਡਿਪਰੈਸ਼ਨ ਕਰਕੇ ਬਣਦੇ ਪਏ ਆ ਤਾਂ ਫਿਰ ਇਹ ਡਿਪਰੈਸ਼ਨ ਵੀ ਸਾਡਾ ਨੁਕਸਾਨ ਕਰੇਗੀ, ਕੋਈ ਨਾ ਕੋਈ ਬਿਮਾਰੀ ਨੂੰ ਪੈਦਾ ਕਰੇਗੀ। ਸੋ ਕੋਈ ਵੀ ਇਹੋ ਜਿਹੀ ਪ੍ਰੋਬਲਮ ਜਿਹੜੀ ਮਾਨਸਿਕ ਪ੍ਰੋਬਲਮ ਹੈ, ਉਹਦਾ ਐਮਰਜੈਂਸੀ ਹੱਲ ਕਰਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਸਿਰਫ ਸਾਡੀ ਲਾਈਫ ਹੀ ਨਹੀਂ ਖਰਾਬ ਹੁੰਦੀ, ਸਾਨੂੰ ਹੋਰ ਕਈ ਤਰ੍ਹਾਂ ਦੀਆਂ 10 ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਸਿਰਫ ਆਕਸੀਡੇਟਡ ਸਟ੍ਰੈਸ ਕਰਕੇ, ਜਿਹੜੀ ਕਿ ਅਬਨੋਰਮਲ ਹੈ, ਜਿਹਦੇ ਵਾਸਤੇ ਸਾਡੀ ਬਾਡੀ ਬਣੀ ਨਹੀਂ ਹੋਈ। ਇੱਥੋਂ ਤੱਕ ਹੈ ਕਿ ਇਹ ਦੇਖਿਆ ਗਿਆ ਕਿ ਜਿਹੜੇ ਅਲਕੋਹਲਿਕ ਆਪਣੀ ਅਲਕੋਹਲਿਜ਼ਮ ਦਾ ਟ੍ਰੀਟਮੈਂਟ ਨਹੀਂ ਕਰਦੇ, ਜਾਂ ਜਿਹੜੇ ਲੋਕ ਆਪਣੇ ਸਟ੍ਰੈਸ ਦਾ ਟ੍ਰੀਟਮੈਂਟ ਨਹੀਂ ਕਰਦੇ ਜਾਂ ਹੈਲਪ ਨਹੀਂ ਲੈਂਦੇ, ਪ੍ਰੋਫੈਸ਼ਨਲ ਹੈਲਪ ਨਹੀਂ ਲੈਂਦੇ, ਜਾਂ ਜਿਹੜੇ ਲੋਕ ਸਟ੍ਰੈਸ ਦੇ ਵਿੱਚ ਰਹਿੰਦੇ ਆ, ਉਹਨਾਂ ਦੇ ਵਿੱਚ ਹਾਰਟ ਪ੍ਰੋਬਲਮਸ, ਉਹਨਾਂ ਦੇ ਵਿੱਚ ਸੀਵੀਅਰ ਦੇ ਅਟੈਕ, ਉਹਨਾਂ ਦੇ ਵਿੱਚ ਕੈਂਸਰਸ, ਉਹਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਸ ਆ ਜਾਂਦੀਆਂ ਜਿਹੜੀਆਂ ਕਿ ਸਿਰਫ ਸਟ੍ਰੈਸ ਰਿਲੇਟਡ ਹੈ। ਸੋ ਇਸ ਵੇਲੇ ਦੀ ਜਿਹੜੀ ਨੰਬਰ 1 ਪ੍ਰੋਬਲਮ ਦੁਨੀਆ ਦੇ ਵਿੱਚ ਉਹ ਹੈਗੀ ਹੈ ਕਿ ਸਾਨੂੰ ਸਿੱਖਣਾ ਪਊਗਾ ਕਿ ਸਹੀ ਤੇ ਸਾਨੂੰ ਕੋਈ ਨਾ ਕੋਈ ਬਿਮਾਰੀ ਜਲਦੀ ਤੋਂ ਜਲਦੀ ਘੇਰ ਲਏਗੀ।